ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਮਨੁੱਖੀ ਹੱਕਾਂ ਵਾਸਤੇ ਕੀਤੀ ਗਈ ਕੁਰਬਾਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਸਾਨੂੰ ਸਿੱਖਿਆ ਦਿੰਦੀ ਹੈ ਕਿ ਕੋਈ ਵੀ ਕਿਸੇ ਦੇ ਧਰਮ ਨੂੰ ਧੱਕੇ ਦੇ ਨਾਲ ਤਬਦੀਲ ਨਹੀਂ ਕਰ ਸਕਦਾ। ਹਰ ਇੱਕ ਨੂੰ ਇੱਥੇ ਸੁਤੰਤਰ ਹੋ ਕੇ ਜਿਉਣ ਦਾ ਹੱਕ ਹੈ। ਮਨੁੱਖੀ ਹੱਕਾਂ ਵਾਸਤੇ ਕੀਤੀ ਗਈ ਕੁਰਬਾਨੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦਾ ਦ੍ਰਿਸ਼ ਨੂੰ ਦਾਸ ਮਨਜੀਤ ਸਿੰਘ ਜੀ ਖਾਲਸਾ ਪਿੰਡ ਛੋਕਰਾਂ ਵਾਲਿਆਂ ਦਾ ਕਵੀਸ਼ਰੀ ਜਥਾ ਆਪ ਸੰਗਤਾਂ ਦੇ ਸਾਹਮਣੇ ਇਉਂ ਰੱਖ ਰਿਹਾ ਜੀ। ਚੌਂਕ ਚਾਂਦਨੀ ਦੇ ਵਿੱਚ ਨੌਵੇਂ ਪਾਤਸ਼ਾਹ ਲਾ ਲਈਆਂ ਸਮਾਧੀਆਂ, ਮੌਤ ਦਾ ਜਰਾਨਾ ਡਰ ਵਿੱਚ ਦਿਲ ਦੇ ਗਮੀਆਂ ਨਾ ਸ਼ਾਦੀਆਂ, ਮੌਤ ਦਾ ਜਰਾਨਾ ਡਰ ਵਿੱਚ ਦਿਲ ਦੇ ਗਮੀਆਂ ਨਾ ਸ਼ਾਦੀਆਂ, ਹੱਥ ਚ ਜਲਾਦ ਤਲਵਾਰ ਫੜ ਕੇ ਤਿਆਰ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ। ਚੌਂਕ ਚਾਂਦਨੀ ਦੇ ਵਿੱਚ ਨੌਵੇਂ ਪਾਤਸ਼ਾਹ ਲਾ ਲਈਆਂ ਸਮਾਧੀਆਂ, ਮੌਤ ਦਾ ਜਰਾਨਾ ਡਰ ਵਿੱਚ ਦਿਲ ਦੇ ਗਮੀਆਂ ਨਾ ਸ਼ਾਦੀਆਂ, ਮੌਤ ਦਾ ਜਰਾਨਾ ਡਰ ਵਿੱਚ ਦਿਲ ਦੇ ਗਮੀਆਂ ਨਾ ਸ਼ਾਦੀਆਂ, ਹੱਥ ਚ ਜਲਾਦ ਤਲਵਾਰ ਫੜ ਕੇ ਤਿਆਰ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ। ਚਾਰੇ ਪਾਸੇ ਮੱਚ ਗਈ ਦੁਹਾਏ ਦੁਹਾਈ ਕਹਿਰ ਦੀ, ਪਏ ਹੋਏ ਸ਼ੋਰ ਦੀ, ਰੱਬ ਜਾਣਦਾ ਹੈ ਕਿੱਥੋਂ ਆਈ ਚੜ ਕੇ ਹਨੇਰੀ ਪੂਰੇ ਜ਼ੋਰ ਦੀ, ਰੱਬ ਜਾਣਦਾ ਹੈ ਕਿੱਥੋਂ ਆਈ ਚੜ ਕੇ ਹਨੇਰੀ ਪੂਰੇ ਜ਼ੋਰ ਦੀ, ਗਾਇਬ ਹੋਇਆ ਸੀ ਸਲੋਕੀ ਪਏ ਤੱਕ ਦੇ ਹੈਰਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ। ਪਟਣੇ ਦਾ ਵਾਸੀ ਰੰਗ ਰੇਟਾ ਸਿੱਖ ਜੋ ਹੌਸਲੇ ਨੂੰ ਪਾਲਦਾ, ਪਟਣੇ ਦਾ ਵਾਸੀ ਰੰਗ ਰੇਟਾ ਸਿੱਖ ਜੋ ਹੌਸਲੇ ਨੂੰ ਪਾਲਦਾ, ਫੁਰਤੀ ਦੇ ਨਾਲ ਸੀਸ ਨੂੰ ਉਠਾ ਲਿਆ ਬੁੱਕਲ ਚ ਮਾਰਦਾ, ਜੈਤਾ ਜੀ ਅਨੰਦਪੁਰ ਸ਼ਹਿਰ ਵੱਲ ਨੂੰ ਰਵਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ। ਲੱਖੀ ਬਣ ਜਾਰਾ ਲੱਖੀ ਬਣ ਜਾਰਾ ਤੜ ਨਹੀਂ ਉਠਾਵਦਾ ਆਣ ਘਰੇ ਤਾਰਦਾ, ਅੱਗ ਲੱਗੀ ਘਰ ਨੂੰ ਬਹਾਨਾ ਮਾਰ ਕੇ ਸੰਸਕਾਰ ਕਰਦਾ, ਅੱਗ ਲੱਗੀ ਘਰ ਨੂੰ ਬਹਾਨਾ ਮਾਰ ਕੇ ਸੰਸਕਾਰ ਕਰਦਾ, ਫੁੱਲੇ ਹੈ ਤੂਫਾਨ ਬੀਲਿਆ ਪਰਿਵਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ ਲਈ ਕੁਰਬਾਨ ਹੋ ਗਏ, ਨੌਵੇਂ ਗੁਰੂ ਟਿੱਕੀਆਂ ਤੇ ਜੰਜੂਆਂ